ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ ਪੰਜ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਅਰਸ਼ਿੰਦਰ ਪਾਲ ਕੋਰ ਅੱਜ ਤੁਹਾਡੇ ਲਈ ਪਾਠ ਨੰਬਰ 22 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀਏ ਸਾਡਾ ਅੱਜ ਦਾ ਪਾਠ ਹੈ ਪੰਜਾਬ ਦੀ ਕਲਾ ਭਾਗ 1 ਤੇ ਇਹਦੇ ਵਿੱਚ ਅਸੀਂ ਪੰਜਾਬ ਦੀਆਂ ਕਲਾਵਾਂ ਨਾਲ ਸੰਬੰਧਿਤ ਸ਼ਬਦ ਸਿੱਖਾਂਗੇ ਜਿਹੜੇ ਕਿ ਪੰਜਾਬ ਦੇ ਆਰਟ ਹੈਗਾ ਉਹਦੇ ਨਾਲ ਸੰਬੰਧਿਤ ਸ਼ਬਦ ਹੋਣਗੇ ਪੰਜਾਬੀ ਈਡੀਅਮਸ ਐਨ ਈਡੀਅਮ ਇਜ਼ ਕਾਈਂਡ ਆਫ ਫਿਗਰੇਟਿਵ ਲੈਂਗੁਏਜ ਥੈਟ ਮੇਕਸ ਸਪੀਕਿੰਗ ਐਂਡ ਰੀਡਿੰਗ ਮੋਰ ਫਨ ਦਾ ਵਰਡਸ ਡੂ ਨੋਟ ਹੈਵ ਦਾ ਲਿਟਰਲ ਮੀਨਿੰਗ ਬਟ ਦੇ ਏਮਪਲੋਏ ਅ ਮੀਨਿੰਗ ਫਾਰ ਇਗਜ਼ੈਂਪਲ ਇਨ ਦਾ ਰੀਡਿੰਗ ਯੂ ਵਿਲ ਰੀਡ ਐਨ ਈਡੀਅਮ ਚਾਰ ਚਾਨ ਲਾਉਣਾ जान बच्चों ਤੁਹਾਨੂੰ ਪਤਾ ਹੋਏਗਾ ਚਾਨ ਇਸ ਮੂਨ ਹੈ ਨਾ ਸੋ ਲਿਟਰਲੀ ਇਟ ਊਡ ਮੀਨ ਟੂ ਐਡ ਫੋਰ ਮੂਨਸ ਮੂਨ ਇਸ ਕਨਸਿਡਰਡ ਅ ਸਾਈਨ ਆਫ ਬਿਊਟੀ ਅ ਪਰਸਨ ਹੂ ਇਸ ਵੈਰੀ ਬਿਊਟੀਫੁਲ ਪੀਪਲ ਸੇ ਚਾਨ ਵਰਗਾ ਔਰ ਚਾਨ ਵਰਗੀ ਸੋ ਚਾਰ ਚੰਨ ਲਾਉਣਾ ਮੀਨਸ ਟੂ ਬਿਊਟੀਫਾਈ ਸਮਥਿੰਗ ਇਸ ਘਰ ਨੂੰ ਬੱਤੀਆਂ ਨਾਲ ਚਾਰ ਚੰਨ ਲੱਗ ਗਏ ਇੱਥੇ ਬੱਤੀਆਂ ਲੱਗੀਆਂ ਹੋਈਆਂ ਤੇ ਘਰ ਸੋਹਣਾ ਲੱਗਦਾ ਹੈ ਹੈ ਨਾ ਸੋ ਅ ਤੁਸੀਂ ਬੱਚਿਓ ਤੁਹਾਡੇ ਮੰਮੀ ਜਾਂ ਦਾਦੀ ਜੀ ਜਾਂ ਨਾਨੀ ਜੀ ਤੁਹਾਨੂੰ ਕਈ ਵਾਰੀ ਕਹਿਣਗੇ ਆ ਮੇਰਾ ਚੰਨ ਆ ਮੇਰਾ ਪਿਆਰਾ ਬੱਚਾ ਸੋ ਬੜਾ ਉਹਨਾਂ ਨੂੰ ਤੁਸੀਂ ਸੋਹਣੇ ਲੱਗਦੇ ਹੋਵੋਗੇ ਬੇਟੀਆਂ ਬੇਟੇ ਤੇ ਉਹ ਜ਼ਰੂਰ ਤੁਹਾਨੂੰ ਇਸ ਤਰ੍ਹਾਂ ਕਰਕੇ ਅਡਰੈਸ ਕਰਦੇ ਹੋਣਗੇ ਕਦੇ ਆ ਮੇਰਾ ਚੰਨ ਆ ਮੇਰਾ ਲਾਲ ਸੋ ਉਹਦਾ ਮਤਲਬ ਹੁੰਦਾ ਲਾਲ ਇਜ਼ ਜੁਲ ਤੇ ਚੰਨ ਇਜ਼ ਮੂਨ ਸੋ ਮੇਰਾ ਪਿਆਰਾ ਬੱਚਾ ਮੇਰਾ ਸੋਹਣਾ ਬੱਚਾ ਇਸ ਤਰ੍ਹਾਂ ਕਰਕੇ ਤੁਸੀਂ ਜ਼ਰੂਰ ਇਹ ਸ਼ਬਦ ਸੁਨਿਆ ਹੋਏਗਾ ਗ੍ਰਾਮਰ ਪੁਆਇੰਟ ਅਸੀਂ ਹਰ ਲੈਸਨ ਦੇ ਵਿੱਚ ਕੁਝ ਨਾ ਕੁਝ ਗ੍ਰਾਮਰ ਨਵੀਂ ਸਿੱਖਦੇ ਹਾਂ ਤੇ ਇਹਦੇ ਵਿੱਚ ਅਸੀਂ ਸਿੱਖਾਂਗੇ ਇੰਟਰਜੈਕਸ਼ਨਸ ਐਂਡ ਐਕਸਕਲੇਮੇਸ਼ਨਸ ਸੋ ਥੀਸ ਆਰ ਦੀ ਵਰਡਸ ਵੀ ਯੂਜ਼ ਟੂ ਐਕਸਪ੍ਰੈਸ ਸਟਰੋਂਗ ਇਮੋਸ਼ਨਸ ਵੈਨ ਯੂ ਫੀਲ ਇੰਪ੍ਰੈਸਡ ਬਾਈ ਸਮਥਿੰਗ ਯੂ ਸੇ ਵਾਓ ਦੈਟਸ ਆਸਮ ਔਰ ਇਫ ਯੂ ਗੈਟ ਹਰਟ ਯੂ ਸੇ ਆਊਚ ਵੈਨ ਯੂ ਯੂਜ਼ ਜਸਟ ਵਨ ਵਰਡ ਟੂ ਐਕਸਪ੍ਰੈਸ ਯੂਰ ਇਮੋਸ਼ਨਸ ਇਟਸ ਐਨ ਇੰਟਰਜੈਕਸ਼ਨ When you use more than one word, like a phrase or small sentence, sentence, then it becomes an exclamation. There are many excl exclamations and interjections in Punjabi. Ki kare wa, wa is an exclamation that means beautiful and amazing. Other exclamations are oye balle balle, o teri tera ਅਦਰ ਇੰਟਰਜੈਕਸ਼ਨਸ ਆ ਵਾਹ ਕਿਦਾਂ ਐਵੇਂ ਹਾ ਹਏ ਐਟਸੈਟਰਾ ਸੋ ਇਹ ਵਰਡਸ ਵੀ ਤੁਸੀਂ ਜ਼ਰੂਰ ਸ਼ਾਬਾਸ਼ ਤੁਸੀਂ ਇਸ ਤਰ੍ਹਾਂ ਦੇ ਵਰਡਸ ਜ਼ਰੂਰ ਸੁਨੇ ਹੋਣਗੇ ਜਦ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੇ ਪੇਰੈਂਟਸ ਤੁਹਾਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਆ ਐਨਕੋਰੇਜ ਕਰਦੇ ਆ ਤੇ ਉਹ ਹਮੇਸ਼ਾ ਕਹਿੰਦੇ ਸ਼ਾਬਾਸ਼ ਇਸ ਤਰ੍ਹਾਂ ਦੇ ਵਰਡਸ ਹੈ ਨਾ ਸੋ ਅੱਜ ਅਸੀਂ ਪੰਜਾਬ ਦੀ ਕਲਾ ਦੇ ਨਾਲ ਸੰਬੰਧਿਤ ਜਿਹੜੇ ਹੋਰ ਸ਼ਬਦ ਸਿੱਖਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਇਹ ਅਸੀਂ ਹਮੇਸ਼ਾ ਕੋਈ ਪਾਠ ਪੜ੍ਹਨ ਲੱਗਿਆਂ ਵੀ ਅਸੀਂ ਸ਼ਬਦ ਦੇ मीनिंग ਜਿਹੜੇ ਹੈਗੇ ਆ ਮਤਲਬ ਜਿਹੜੇ ਹੁੰਦੇ ਆ ਅਸੀਂ ਉਹ ਸਿੱਖਦੇ ਆ ਪਹਿਲਾਂ ਸੋ ਚੌਰਸ ਇਸ ਸਕੁਅਰ ਇਟਸ ਅ ਸ਼ੇਪ ਹਨਾ ਸੋ ਸ਼ੁੰਦਾ ਟੱਚਸ ਪੀੜਾ ਨੈਰੋ ਬੁਗਨੀ ਪਿਗੀ ਬੈਂਕ ਕੀ ਕਹਿੰਨੇ oh wow ਕਲਾ ਆਰਟ ਔਰ ਕraft ਕਢਾਈ ਏਮਬਰਾਇਡਰੀ ਕੇਸ cotton shawls aur sometimes they are bigger than sh shawls so uh, we uh, take as a, a sheet uh, over us right so jadon kat thand hondi hai te assi kai wari khes lende hunde si jadon assi india rehnde si hai na so assi comforter jha quilt nahi lende si ge khes lende si ge wide choda wide madhani is chunar ਮੇਡ ਆਫ ਵੁੱਡ ਹੈ ਨਾ ਸੋ ਇਥੇ ਤੁਸੀਂ ਇਲੈਕਟ੍ਰਿਕ ਮਦਾਨੀਆਂ ਦੇਖੀਆਂ ਹੋਣਗੀਆਂ ਪਰ ਇਹ ਜਿਹੜੀ ਮਦਾਨੀ ਹੈ ਇਹ ਵੁੱਡ ਦੀ ਬਣੀ ਹੁੰਦੀ ਸੀਗੀ ਜਿਹੜੀ ਪੰਜਾਬ ਦੀ ਕਲਾ ਵਾਲੀ ਸੋ ਬਾਲਦੇ ਹਨ ਬਰਨ অর ਲਾਈਟ ਅਪ ਜਿਸ ਕਾਰਨ ਬਿਕਾਜ਼ ਆਫ ਥੈਟ ਮਿੱਟੀ ਦਾ ਲੇਪ ਪਲਾਸਟਰਿੰਗ ਵਿਦ ਮਡ ਕਾੜਨੀਆਂ ਕਲੇ ਕੁਕਿੰਗ ਪਾਟਸ ਕਾੜਨੀਆਂ ਦੇ ਵਿੱਚ ਸਾਡੇ ਦੁੱਧ ਉਬਾਲਦੇ ਹੁੰਦੇ ਸੀ ਦੁੱਧ ਕੱਢਦਾ ਰਹਿੰਦਾ ਸੀਗਾ ਤੇ ਬੜਾ ਸਵਾਦ ਹੋ ਜਾਂਦਾ ਸੀ ਪੀੜੀਆਂ ਸਮਾਲ ਕਾਟ ਫਰ ਸਿਟਿੰਗ ਤੁਸੀਂ ਦੇਖਿਆ ਹੋਣਗੇ ਕਿ ਘਰਾਂ ਚ ਪੀੜੀਆਂ ਹੁੰਦੀਆਂ ਨੇ ਮੰਜੇ ਲਾਰਜ ਬੈッズ ਫॉर ਸਲੀਪਿੰਗ ਜੇ ਤੁਸੀਂ ਇੰਡੀਆ ਗਏ ਹੋ ਤਾਂ ਤੁਸੀਂ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਦੇਖਿਆ ਹੋਣ ਗਿਆ ਨਾ ਸੋ ਦਰੀਆਂ ਰਗਜ਼ ਅਸੀਂ ਇੱਥੇ ਵੀ ਆਪਣੇ ਘਰਾਂ ਚ ਵਿਛਾਉਂਦੇ ਆ ਤੇ ਉੱਥੇ ਅਸੀਂ ਮੰਜਿਆਂ ਤੇ ਵੀ ਵਿਛਾਉਂਦੇ ਆ ਗਰਮੀਆਂ ਦੇ ਵਿੱਚ ਤੇ ਕਪਾ ਕਾਟਨ ਬੋਲਸ ਟੋکریاں ਬਾਸਕਟਸ ਚੌਰਸ ਦੁਬਾਰਾ ਆ ਗਿਆ ਇਹ ਸ਼ਬਦ a square it's a shape right so taaga thread bune jande oon chamda leather so je da taage de chamde de ja lakad de ja joot de eh sari punjab di kala de naal sambandhit chizaa hagiya te eh na chizaa diyan bandiyan mitti de pande jis tarah assi gall kiti kaadniyan di hai na so bugni jehdi hundi a oh vi sade mitti di bani hundi sigi ਪੀਗੀ ਬੈਂਗ ਜਿਹੜੀ ਛੋਟੀ ਜੀ ਗੋਲਕੀ ਕਹਿੰਦੇ ਹੁੰਦੇ ਸੀ ਇਹਨੂੰ ਸੋ ਇਸ ਤਰ੍ਹਾਂ ਨੇ ਤੁਸੀਂ ਅੱਜ ਨਵੇਂ ਵਰਡ ਸਿੱਖੇ ਨੇ ਹੈਨਾ ਸੋ ਹੁਣ ਜਿਹੜੇ ਅਸੀਂ Idioms ਸਿੱਖੇ ਸੀਗੇ ਤੇ ਜਾਂ ਅਸੀਂ exclamation ਜਾਂ ਅਸੀਂ interjections ਅਸੀਂ ਗੱਲ ਕੀਤੀ ਸੀ ਉਹਨਾਂ ਨੂੰ ਵਾਕਾਂ ਵਿੱਚ ਵਰਤਣਾ ਤੁਸੀਂ ਉਹਨਾਂ ਦੇ ਨਾਲ ਸੈਂਟੈਂਸਸ ਬਣਾਉਣੇ ਆ ਠੀਕ ਹੈ ਇਹਨਾਂ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ use these words in sentences so pehla shabd hai chanwarga tano pata hai chanwarga bahut sona hai na ja chanwargi eda ki farak hai chanwarga te chanwargi je koi beta hove ladka hove male hove ta assi vartde ha chanwarga te je koi kudi hove female hove ja koi object hove jis tarah hai na so assi onu ਨਾਨ ਲਿਵਿੰਗ ਆਬਜੈਕਟ ਨੂੰ ਵੈਸੀ ਚੰਨ ਵਰਗੀ ਕਹਿ ਦਿੰਦੇ ਆ ਹਨਾ ਸੋ ਚਾਰ ਚੰਨ ਲੱਗ ਗਏ ਮਤਲਬ ਬਹੁਤ ਸੋਹਣਾ ਹੋ ਗਿਆ ਨਾਟ ਜਸਟ ਵਨ ਮੂਨ ਬਟ ਫੋਰ ਹੈਨਾ ਸੋ ਬਹੁਤ ਸੋਹਣਾ ਹੋ ਗਿਆ ਬੁਗਨੀ ਇਸ ਗੋਲਕ ਔਰ ਪਿਕੀ ਬੈਂਕ ਹੈਨਾ ਟੋਕਰੀਆਂ ਤੇ ਬਾਸਕਟਸ ਸ਼ਾਨ ਜਿਸ ਤਰ੍ਹਾਂ ਇਹਦੀ ਸ਼ਾਨ ਵੱਧ ਗਈ ਸੋਹਣਾ ਲੱਗਣ ਲੱਗ ਗਿਆ ਹੈਨਾ ਸੋ ਦੀ ਅਪੀਅਰੈਂਸ ਸੋਹਣੀ ਹੋ ਗਈ ਹੋਰ ਵਾ ਜੀ ਵਾ ਐਕਸਲੈਂਟ ਹੈਨਾ ਐਵੇਂ ਐਵੇਂ ਰਾਈਟ ਜਸਟ ਫੋਰ ਨਥਿੰਗ ਹੈ ਨਾ ਸੋ ਅਮ ਇਸ ਤਰ੍ਹਾਂ ਦੇ ਕੁਝ ਵਰਡਸ ਹੈਗੇ ਇਹਨਾਂ ਕਈ ਵਰਡਸ ਦੇ ਕਈ मीनिंग ਵੀ ਹੁੰਦੇ ਨੇ ਤੇ ਤੁਸੀਂ ਲੈਸਨ ਦੁਬਾਰਾ ਸੁਣਨਾ ਜਾਂ ਪੜ੍ਹਨਾ ਤੇ ਤੁਸੀਂ ਫਿਰ ਇਹਨਾਂ ਨੂੰ ਸ਼ਬਦਾਂ ਨੂੰ ਜਿਹੜੇ ਹੈਗੇ ਜਾਂ ਫਰੇਜ਼ਸ ਹੈਗੇ ਉਹਨਾਂ ਨੂੰ ਵਾਕਾਂ ਵਿੱਚ ਵਰਤਣਾ ਠੀਕ ਸੋਮਵਾਰ ਮੰਗਲਵਾਰ ਕਰਦਾ ਕੰਮ ਇਹਨਾਂ ਸ਼ਬਦਾਂ ਨੂੰ ਉਹਨਾਂ ਦੇ ਮਤਲਬ ਨਾਲ ਜੋੜੋ ਉਨਾਂ ਦੇ ਮਤਲਬ ਹੁੰਦੇ ਆ मीनिंग ਸਾਨੂੰ ਪਤਾ ਹੈ ਤੁਸੀਂ ਹਰ ਵਾਰੀ ਇਹ ਐਕਸਰਸਾਈਜ਼ ਕਰਦੇ ਹੋ ਮੋਸਟਲੀ ਹਰ ਪਾਠ ਦੇ ਵਿੱਚ ਇਹ ਐਕਸਰਸਾਈਜ਼ ਹੁੰਦੀ ਹੈ ਤੇ ਪੰਜਾਬੀ ਸ਼ਬਦ ਪੰਜਾਬੀ ਵਰਡ ਜਿਹੜੇ ਆ ਉਹਨਾਂ ਨੂੰ ਤੁਸੀਂ ਕਨੈਕਟ ਕਰੋਗੇ ਇੱਧਰ ਇਹਨਾਂ ਸ਼ਬਦਾਂ ਦੇ ਨਾਲ ਤਲਾ ਕਢਾਈ ਬੁਗਣੀ ਚੌਰਸ ਮਿੱਟੀ ਦਾ ਲੇਪ ਮਧਾਣੀ ਬਾਲਦੇ ਹਨ ਜਿਸ ਕਾਰਨ ਪੀੜਾ ਚੌੜਾ ਕਪਾ ਦਰیاں بُਨੇ ਜਾਂਦੇ ਸੋ ਇੱਥੇ ਤੁਸੀਂ ਟੋਪੀ ਪੰਜਾਬੀ ਵਰਡਸ ਟੂ ਟਾਈਮਸ ਕਿਉਂਕਿ ਇੰਗਲਿਸ਼ ਤੁਹਾਨੂੰ ਆਂਦੀ ਹੈ ਇੰਗਲਿਸ਼ ਵਿੱਚ ਤਾਂ ਲਿਖੜੀ ਪੜ ਵੀ ਨਹੀਂ ਰਹੇ ਕਿਉਂਕਿ ਤੁਹਾਨੂੰ ਪੰਜਾਬੀ ਸ਼ਬਦ ਪੜਿਆ ਤੁਸੀਂ ਉਹਦੇ ਨਾਲ ਤੁਸੀਂ ਦੇਖੋਗੇ ਕਿਹੜਾ ਉਹਦੇ ਨਾਲ ਮੈਚ ਕਰਦਾ ਉਹਦਾ ਮਤਲਬ ਤੇ ਤੁਸੀਂ ਉਹਦੇ ਨਾਲ ਇਹ ਐਕਸਰਸਾਈਜ਼ ਕਰ ਲੋਗੇ ਇੰਗਲਿਸ਼ ਤੇ ਤੁਹਾਡੀ ਬਹੁਤ ਅੱਛੀ ਹੁੰਦੀ ਐ ਤੁਹਾਡੇ ਬੱਚਿਆਂ ਦੀ ਤੇ ਤੁਸੀਂ ਪੰਜਾਬੀ ਲਿਖਣੀ ਹੋਰ ਜ਼ਿਆਦਾ ਸਿੱਖਣੀ ਐ ਇਸ ਕਰਕੇ ਤੁਹਾਡੇ ਵਾਸਤੇ ਦੋ ਕਾਲਮ ਨੇ ਉਹਨਾਂ ਦੇ ਵਿੱਚ ਤੁਸੀਂ ਪੰਜਾਬੀ ਦੇ ਸ਼ਬਦ ਲਿਖੋਗੇ ਠੀਕ ਐ ਬੱਚਿਓ ਅੱਜ ਦਾ ਲੈਸਨ ਸਾਡਾ ਛੋਟਾ ਜਿਹਾ ਸੀ ਅਸੀਂ ਅੱਜ ਜ਼ਿਆਦਾ ਮਤਲਬ ਹੀ ਸਿੱਖੇ ਨੇ ਜਾਂ ਗ੍ਰਾਮਰ ਦੇ ਪੁਆਇੰਟ ਸਿੱਖੇ ਨੇ ਤੇ ਤੁਸੀਂ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ ਤੁਸੀਂ ਬਹੁਤ ਮਿਹਨਤ ਕਰੋ ਹਰ ਰੋਜ਼ ਪੰਜਾਬੀ ਪੜੋ ਤੇ ਤੁਸੀਂ ਪੰਜਾਬੀ ਦੇ ਵਿੱਚ ਵੀ ਬਾਕੀ ਇੰਗਲਿਸ਼ ਸਕੂਲ ਜਾਂ ਹੋਰ ਕੰਮਾਂ ਵਾਂਗਰ ਪੰਜਾਬੀ ਦੇ ਵਿੱਚ ਵੀ ਸੋਹਣੀ ਪਰਫਾਰਮੈਂਸ ਦੇ ਸਕੋ ਸੋਹਣੇ ਕੰਮ ਕਰ ਸਕੋ ਸੋ ਮੈਂ ਅੱਜ ਇਹਨਾਂ ਕਹਿ ਕੇ ਤੁਹਾਨੂੰ ਲੈਸਨ ਬੰਦ ਕਰਦੀ ਹਾਂ ਪਰਦੇ ਰਹੋ ਤੇ ਸਿੱਖਦੇ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ